ਸਤਿ ਸ਼੍ਰੀ ਅਕਾਲ ਜੀ। ਮੈਨੂੰ ਬਹੁਤ ਚੰਗਾ ਲੱਗਦਾ ਹੈ ਅੱਜ ਕੱਲ੍ਹ ਨਾ ਜਦੋਂ ਯੰਗਸਟਰਸ ਪੰਜਾਬੀ ਵਿਰਸੇ ਵਿਰਾਸਤ ਵੱਲ ਮੁੜਦੇ ਆ, ਪੰਜਾਬੀ ਵਿਰਸੇ ਦੀ ਗੱਲ ਕਰਦੇ ਆ, ਆਪਣੀ ਤਹਿਜ਼ੀਬ ਦੀ ਗੱਲ ਕਰਦੇ ਆ, ਸੱਭਿਅਤਾ ਦੀ ਗੱਲ ਕਰਦੇ ਆ, ਲੋਕ ਗੀਤਾਂ ਦੀ ਗੱਲ ਕਰਦੇ ਆ, ਲੋਕ ਵਿਰਸੇ ਦੀ ਗੱਲ ਕਰਦੇ। ਇੱਕ ਬੜਾ ਹੀ ਪਿਆਰਾ ਗਾਣਾ ਅੱਜ ਕੱਲ੍ਹ ਪਾਪੂਲਰ ਹੋਇਆ ਪਿਆ, ਉਹਦੇ 'ਤੇ ਜ਼ਿਆਦਾ ਮਤਲਬ ਬੱਚੀਆਂ ਨੇ, ਭੈਣਾਂ ਨੇ, ਕੁੜੀਆਂ ਨੇ, ਯੰਗਸਟਰਸ ਨੇ, ਲੇਡੀਜ਼ ਨੇ ਵੀ ਬਹੁਤ ਜ਼ਿਆਦਾ ਵੀਡੀਓ ਬਣਾਇਆ। ਭਾਬੋ ਕਹਿੰਦੀ ਇਹ ਪਿਆਰਾ ਸਿੰਘਾ ਵੇਲਣਾ ਲਿਆ, ਤੇ ਮੈਨੂੰ ਬਹੁਤ ਹੀ ਚੰਗਾ ਲੱਗਦਾ ਕਿ ਗੀਤ ਲੋਕਾਂ ਦੇ ਅੰਦਰ ਹਨਾ ਕਿੱਦਾਂ ਵੱਸ ਗਿਆ। ਪਰ ਇੱਕ ਅੱਜ ਤੁਹਾਨੂੰ ਨਾ ਵਧੀਆ ਗੱਲ ਦੱਸਣ ਲੱਗਾ, ਜਿਹਨਾਂ ਜਿਹਨਾਂ ਨੇ ਵੀਡੀਓ ਬਣਾਏ ਨੇ ਤੇ ਅੱਗੋਂ ਜਿਹਨਾਂ ਨੇ ਬਣਾਉਣੇ ਨੇ, ਇੱਕ ਤੁਹਾਨੂੰ ਮਜ਼ੇ ਦੀ ਗੱਲ ਦੱਸਣ ਲੱਗਾ ਕਿ ਜਦੋਂ ਡਾਂਸ ਕਰਦੀਆਂ ਨਾ ਕੁੜੀਆਂ ਦੇ ਤੇ ਇੱਕ ਸਟੈਪ ਕਰਦੀਆਂ ਔਰ ਇੱਕ ਐਕਸ਼ਨ ਕਰਦੀਆਂ, ਉਹ ਐਕਸ਼ਨ ਗਲਤ ਹੈ। ਹੁਣ ਤੁਹਾਨੂੰ ਦੱਸਣ ਲੱਗਾ ਕਿੱਥੇ ਗਲਤੀ ਹੈ। ਹੁਣ ਜਿੰਨੀਆਂ ਵੀ ਮੈਂ ਦੇਖੀਆਂ ਨਾ ਕੁੜੀਆਂ ਜਦੋਂ ਕਰਦੀਆਂ ਤੇ ਸ਼ੁਰੂ ਜਿੱਥੋਂ ਵੀ ਸ਼ੁਰੂ ਹੁੰਦਾ ਪਿਆ, ਬਾਬੋ ਕਹਿੰਦੀ ਹੈ ਪਿਆਰਾ ਸਿੰਘਾ ਵੇਲਣਾ ਲਿਆ, ਬਾਬੋ ਕਹਿੰਦੀ ਹੈ ਪਿਆਰਾ ਸਿੰਘਾ ਵੇਲਣਾ ਲਿਆ, ਵੇਲਣੇ ਦੀ ਖੱਟੀ ਦਾ ਮੈਂ ਕੋਕਾ ਕਢਵਾਉਂਦੀ ਹਾਂ, ਵੇਲਣੇ ਦੀ ਖੱਟੀ ਦਾ ਮੈਂ ਕੋਕਾ ਰਨ ਪਾਉਣੇ ਨਾ ਦਿੰਦੀ ਓਕੇ, ਜਦੋਂ ਇਹ ਸਾਰਾ ਹਨਾ ਤੁਹਾਨੂੰ ਪਤਾ ਹੀ ਹੈ। ਹੁਣ ਇਹ ਚ ਗਲਤ ਐਕਸ਼ਨ ਪਤਾ ਕਿਹੜਾ ਹੈ? ਬਾਬੋ ਕਹਿੰਦੀ ਹੈ ਪਿਆਰਾ ਸਿੰਘਾ ਵੇਲਣਾ ਲਿਆ, ਉਹ ਇਸ ਵੇਲਣੇ ਦੀ ਗੱਲ ਨਹੀਂ ਹੋ ਰਹੀ, ਤੁਸੀਂ ਐਕਸ਼ਨ ਕਰਦੇ ਹੋ ਜਦੋਂ ਚੱਕਲੇ ਵੇਲਣੇ ਵਾਲਾ ਵੇਲਣਾ, ਕਿਉਂਕਿ ਅਸੀਂ ਸੁਣਿਆ ਹੀ ਇਹ ਹੈ। ਉਹ ਤਾਂ ਰੋਟੀਆਂ ਵੇਲਣ ਵਾਲਾ ਹੁੰਦਾ, ਉਹ ਵੇਲਣਾ ਲੈ ਕੇ ਉਹਦੇ ਹਰ ਘਰ ਚ ਹੁੰਦਾ, ਪਹਿਲੀ ਗੱਲ ਪਿਆਰਾ ਸਿੰਘ ਕਿਉਂ ਲੈਣ ਜਾਏਗਾ, ਠੀਕ ਹੈ ਨਾ? ਤੇ ਜੇ ਉਹ ਹੈਗਾ ਵੀ ਹੈ ਤੇ ਉਹਦੇ ਵੇਲਣੇ ਦੀ ਖੱਟੀ ਕਿੱਦਾਂ ਹੋਗੀ? ਖੱਟੀ ਤਾਂ ਹੁੰਦੀ ਹੈ ਕਮਾਈ, ਹੁਣ ਇਹ ਵੇਲਣੇ ਚੋਂ ਕਮਾਈ ਕਿੱਦਾਂ ਹੋਏਗੀ? ਇਹ ਅਸਲ ਦੇ ਵਿੱਚ ਜਦੋਂ ਕਪਾਹ ਬੀਜੀ ਦੀ ਸੀ ਨਾ ਆਪਾਂ ਘਰਾਂ ਦੇ ਵਿੱਚ, ਤੇ ਘਰਾਂ ਚ ਨੀ ਮਤਲਬ ਖੇਤਾਂ ਚ, ਤੇ ਕਪਾਹ ਦੀਆਂ ਫੁੱਟੀਆਂ ਜਦੋਂ ਘਰੇ ਆਉਂਦੀਆਂ ਹੁੰਦੀਆਂ ਸੀ, ਫਿਰ ਕਿਤੇ ਕਿਤੇ ਉਹ ਵੇਲਣਾ ਲੱਗਾ ਹੁੰਦਾ ਸੀ, ਉਹ ਵੇਲਣਾ ਹੁੰਦਾ ਸੀ ਜਿਹੜਾ ਇਹਦਾ ਵੜੇਵੇਂ ਨਾਲੋਂ ਕਪਾਹ ਨੂੰ ਨਖੇੜਦਾ ਸੀ, ਉਹ ਵੇਲਣੇ ਚ ਇੱਦਾਂ ਪਾਈਦਾ ਸੀ ਤੇ ਉਹ ਲੋਗੜ ਅੱਗੇ ਲੰਘ ਜਾਂਦਾ ਸੀ ਤੇ ਛਿਲਕਾ ਥੱਲੇ ਡਿੱਗ ਪੈਂਦਾ ਸੀ, ਉਹ ਵੇਲਣਾ ਹੁੰਦਾ ਸੀ, ਉਹ ਵੇਲਦਾ ਸੀਗਾ ਕਪਾਹ ਨੂੰ। ਉਹ ਜੇ ਉਹਦਾ ਐਕਸ਼ਨ ਕਰਨਾ ਹੋਵੇ ਨਾ ਤੇ ਫਿਰ ਹੋਣਾ ਚਾਹੀਦਾ ਬਾਬੋ ਕਹਿੰਦੀ ਏ ਪਿਆਰਾ ਸਿੰਘਾ ਵੇਲਣਾ ਲਿਆ, ਵੇਲਣਾ ਗਿੜਦਾ ਨਾ ਜਦੋਂ ਫਿਰ ਕਪਾਹ ਲੰਘਦੀ ਉਹਦੇ ਵਿੱਚ ਦੀ, ਫਿਰ ਉਹ ਵੇਲਣੇ ਚੋਂ ਜਿਹੜੀ ਕਪਾਹ ਆਪਾਂ ਜਦੋਂ ਵੇਲੀ ਜਾਂਦੀ ਸੀ, ਫਿਰ ਉਹਦੇ ਸੂਤ ਕੱਤੇ ਜਾਂਦੇ ਸੀ, ਫਿਰ ਉਹਦੀਆਂ ਚੀਜ਼ਾਂ ਬਣਦੀਆਂ ਸੀ, ਖੇਸੀਆਂ, ਸ਼ੋਲਾਂ, ਹੋਰ ਕੱਪੜੇ, ਫਿਰ ਉਹ ਵਿਕਦੇ ਸੀਗੇ ਬਾਜ਼ਾਰ ਚ ਵੀ ਹਨਾ, ਫਿਰ ਉਹਦੀ ਖੱਟੀ ਹੁੰਦੀ ਸੀ, ਉਹਦੀ ਕਮਾਈ ਹੁੰਦੀ ਸੀ। ਇਹ ਅਸਲ ਚ ਉਹ ਵੇਲਣਾ, ਬਾਬੋ ਕਹਿੰਦੀ ਪਿਆਰਾ ਸਿੰਘਾ ਵੇਲਣਾ ਲਿਆ, ਵੇਲਣੇ ਦੀ ਖੱਟੀ ਦਾ ਮੈਂ ਕੋਕਾ ਕਢਵਾਉਂਦੀ ਹਾਂ, ਜੋ ਵੀ ਹੈ। ਸੋ ਐਕਸ਼ਨ ਅੱਗੇ ਤੋਂ ਵੇਲਣੇ ਵਾਲਾ ਕਰਨਾ, ਆਹ ਵਾਲਾ ਵੇਲਣਾ ਨਹੀਂ। ਸਤਿ ਸ਼੍ਰੀ ਅਕਾਲ ਜੀ।